ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਦਲੀਆ ਬਣਾਵਾਂਗੇ। ਕਦੇ ਕਦੇ ਮੇਰਾ ਮਨ ਕਰਦਾ ਹੁੰਦਾ ਹੈ ਕਿ ਦਲੀਆ ਖਾਧਾ ਜਾਵੇ, ਕਿਉਂਕਿ ਰੋਜ਼ ਜਿਹੜਾ ਖਾਣਾ ਖਾ ਕੇ ਰੋਟੀ ਵਗੈਰਾ ਖਾ ਕੇ ਮਨ ਅੱਕ ਜਾਂਦਾ ਆ, ਅਤੇ ਇੱਕ ਦਿਨ ਜ਼ਰੂਰ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਆ ਖਾਣਾ ਖਾਣਾ ਚਾਹੀਦਾ ਜਿਹੜਾ ਹਲਕਾ ਹੋਵੇ। ਹਾਂਜੀ, ਜਿਹੜਾ ਦਲੀਆ ਹੁੰਦਾ ਆ ਉਹ ਹਲਕਾ ਹੁੰਦਾ ਆ, ਸਾਨੂੰ ਪਚਾਉਣ ਵਿੱਚ ਵੀ ਇਹ ਜਿਹੜਾ ਆ ਸੌਖਾ ਹੁੰਦਾ ਆ। ਨਿਊਟ੍ਰੀਸ਼ਨਸ ਇਹਦੇ ਵਿੱਚ ਸਾਰੇ ਹੁੰਦੇ ਆ, ਅਤੇ ਆਪਾਂ ਨੂੰ ਥੋੜ੍ਹਾ ਬਦਲ ਕੇ ਵੀ ਖਾਣ ਲਈ ਕੁਛ ਮਿਲ ਜਾਂਦਾ ਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਦਲੀਆ ਜਿਹੜਾ ਆ ਅਸੀਂ ਬਿਮਾਰ ਹੋਈਏ ਤਾਂ ਹੀ ਖਾਣਾ ਆ, ਇਹ ਅਸੀਂ ਵੈਸੇ ਵੀ ਖਾ ਸਕਦੇ ਹਾਂ ਕਿਉਂਕਿ ਇਹ ਹਲਕਾ ਹੁੰਦਾ ਹੈ। ਕਦੀ ਕਦੀ ਸਾਨੂੰ ਹਫ਼ਤੇ 'ਚ ਇੱਕ ਦਿਨ ਅਸੀਂ ਇਸ ਨੂੰ ਲੈ ਸਕਦੇ ਹਾਂ। ਅਤੇ ਆਓ ਦੇਖੀਏ ਕਿਸ ਤਰ੍ਹਾਂ ਅਸੀਂ ਬਣਾਉਂਦੇ ਹਾਂ। ਅਸੀਂ ਥੋੜ੍ਹਾ ਜਿਹਾ ਦਲੀਆ ਲਿਆ ਹੈਗਾ ਹੈ, ਜਿੰਨਾ ਕੁ ਸਾਨੂੰ ਚਾਹੀਦਾ ਆ। ਜੇ ਤੁਸੀਂ ਜ਼ਿਆਦਾ ਮੈਂਬਰਾਂ ਨੇ ਖਾਣਾ ਤਾਂ ਤੁਸੀਂ ਜ਼ਿਆਦਾ ਬਣਾ ਸਕਦੇ ਹੋ। ਇੱਥੇ ਮੈਂ ਆਪਣੇ ਲਈ ਸਿਰਫ ਇੱਕ ਕਟੋਰੀ ਬਣਾ ਰਹੀ ਹਾਂ। ਮੈਂ ਇਹਦੇ ਵਿੱਚ ਅੱਜ ਚੀਨੀ ਨਹੀਂ ਪਾਊਂਗੀ, ਸ਼ਹਿਦ ਪਾਊਂਗੀ। ਥੋੜ੍ਹਾ ਜਿਹਾ ਮੈਂ ਦੇਸੀ ਘਿਓ ਲਿਆ ਆ, ਉਹ ਆਪਾਂ ਦੇਖਦੇ ਹਾਂ ਬਾਅਦ 'ਚੋਂ ਕਿੰਨਾ ਪਾਉਣਾ ਹੈ। ਇੱਧਰ ਮੈਂ ਪਾਣੀ ਲਿਆ ਆ ਕਿਉਂਕਿ ਅੱਜ ਮੈਂ ਦੁੱਧ 'ਚ ਦਲੀਆ ਨਹੀਂ ਬਣਾਊਂਗੀ, ਅਤੇ ਵੈਸੇ ਸਿੰਪਲ ਦਲੀਆ ਜਿਹੜਾ ਮੈਂ ਬਣਾਊਂਗੀ। ਆਓ ਦੇਖੀਏ, ਇੱਕ ਪੈਨ ਲਿਆ ਆ ਅਸੀਂ, ਹੁਣ ਅਸੀਂ ਇੱਕ ਚਮਚ ਜਿਹੜਾ ਘਿਓ ਪਾਵਾਂਗੇ। ਘਿਓ ਦੇ ਵਿੱਚ ਦਲੀਆ ਜਿਹੜਾ ਉਹਨੂੰ ਪਹਿਲਾਂ ਰੋਸਟ ਕਰਾਂਗੇ। ਜਿੰਨਾ ਵੀ ਤੁਸੀਂ ਦਲੀਆ ਲਿਆ ਆ ਉਹਦੇ ਹਿਸਾਬ ਦੇ ਨਾਲ ਆਪਾਂ ਘਿਓ ਪਾ ਲੈਣਾ ਆ। ਮੈਂ ਇੱਕ ਚਮਚ ਪਾਇਆ। ਹੁਣ ਦੇਖੋ ਅਸੀਂ ਦਲੀਆ ਜਿਹੜਾ ਆ ਪਾ ਦੇਣਾ ਵਿੱਚ, ਅਤੇ ਇਹਦੇ ਵਿੱਚ ਰੋਸਟ ਕਰਨਾ ਆ। ਮੈਂ ਇੱਧਰ ਦੇਸੀ ਘਿਓ ਲੈ ਰਹੀ ਹਾਂ। ਦੇਖੋ ਘਿਓ ਇੰਨਾ ਹੀ ਪਾਉਣਾ ਆ ਕਿ ਆਹ ਸਾਰੇ ਜਿਹੜੇ ਆ ਛੋਟੇ ਛੋਟੇ ਦਾਣੇ ਜਿਹੜੇ ਆ ਘਿਓ ਦੇ ਵਿੱਚ ਇਸ ਤਰ੍ਹਾਂ ਕੋਟ ਹੋ ਜਾਣ। ਹੌਲੀ ਹੌਲੀ ਹਿਲਾਉਂਦੇ ਹੋਏ ਅਸੀਂ ਭੁੰਨਦੇ ਜਾਣਾ ਆ। ਹਾਂਜੀ, ਅਸੀਂ ਚਲਾਉਂਦੇ ਹੋਏ ਭੁੰਨਦੇ ਜਾ ਰਹੇ ਹਾਂ ਔਰ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ। ਇਹਨੂੰ ਗੋਲਡਨ ਬਰਾਊਨ ਹੋਣ ਤੱਕ ਅਸੀਂ ਭੁੰਨਦੇ ਰਹਾਂਗੇ। ਜਿਹੜੀ ਅੱਗ ਆ ਬਹੁਤ ਮੀਡੀਅਮ ਰੱਖਣੀ ਆ ਤਾਂ ਕਿ ਜਲੇ ਨਾ, ਅੱਛੀ ਤਰ੍ਹਾਂ ਭੁੱਜ ਜਾਵੇ। ਹਾਂਜੀ, ਦੇਖੋ ਗੋਲਡਨ ਬਰਾਊਨ ਜਿਹੜਾ ਹੌਲੀ ਹੌਲੀ ਹੋ ਰਿਹਾ ਆ, ਬਸ ਇੱਕ ਸੈਕਿੰਡ ਤੋਂ ਬਾਅਦ ਇਹ ਜਿਹੜਾ ਆ ਭੁੱਜ ਕੇ ਤਿਆਰ ਹੋ ਜੂਗਾ। ਦੇਖੋ ਗੋਲਡਨ ਬਰਾਊਨ ਹੋ ਰਿਹਾ ਹੈ, ਖੁਸ਼ਬੂ ਵੀ ਆਉਣੀ ਵਧੀਆ ਵਧੀਆ ਸ਼ੁਰੂ ਹੋ ਜਾਂਦੀ ਹੈ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਦਲੀਆ ਆ ਭੁੱਜ ਚੁੱਕਾ ਆ। ਹਾਂਜੀ, ਜਿੰਨਾ ਤੁਹਾਡਾ ਦਲੀਆ ਹੋਵੇ ਡਬਲ ਪਾਣੀ ਪਾ ਲੈਣਾ। ਗੋਲਡਨ ਬਰਾਊਨ ਹੋਣ ਤੋਂ ਬਾਅਦ ਡਬਲ ਪਾਣੀ ਤੁਸੀਂ ਪਾ ਲੈਣਾ ਹੈ, ਫਿਰ ਇਹਨੂੰ ਥੋੜ੍ਹੀ ਦੇਰ ਇਸ ਤਰ੍ਹਾਂ ਪਕਾਉਣਾ ਹੈ। ਹਾਂਜੀ, ਅਸੀਂ ਇਹਨੂੰ ਸੌਫਟ ਹੋਣ ਤੱਕ ਢੱਕ ਕੇ ਪਕਾਵਾਂਗੇ। ਅੱਗ ਅਸੀਂ ਮੀਡੀਅਮ ਰੱਖਣੀ ਹੈ। ਹਾਂਜੀ, ਦੇਖੋ ਇਸ ਤਰ੍ਹਾਂ ਜਿਹੜਾ ਆ ਦਲੀਆ ਜਿਹੜਾ ਰਿੱਝਣਾ ਚਾਹੀਦਾ ਆ, ਰਿੱਝ ਰਿਹਾ ਆ, ਇਹ ਸੌਫਟ ਹੋ ਜਾਣਾ ਆ। ਹਾਲੇ ਅਸੀਂ ਹੋਰ ਇਹਨੂੰ ਢੱਕ ਕੇ ਪਕਾਵਾਂਗੇ। ਦੇਖੋ ਹੌਲੀ ਹੌਲੀ ਇਹ ਫੁੱਲ ਕੇ ਤਿਆਰ ਹੋ ਰਿਹਾ ਹੈ, ਥੋੜ੍ਹੀ ਦੇਰ ਹੋਰ ਲੱਗੇਗੀ, ਇਹਨੂੰ ਅਸੀਂ ਢੱਕ ਕੇ ਫਿਰ ਪਕਾ ਲੈਂਦੇ ਹਾਂ। ਹਾਂਜੀ, ਦਲੀਆ ਬਣ ਕੇ ਤਿਆਰ ਹੋ ਗਿਆ, ਹੁਣ ਅਸੀਂ ਇਹਨੂੰ ਸਰਵ ਕਰਾਂਗੇ। ਹਾਂਜੀ ਹਾਂਜੀ, ਦੇਖੋ ਦਲੀਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ, ਕਿੰਨਾ ਸੋਹਣਾ ਫੁੱਲ ਕੇ ਤਿਆਰ ਹੋਇਆ ਹੈ। ਮੈਂ ਇਹਦੇ ਵਿੱਚ ਚੀਨੀ ਨਹੀਂ ਪਾਈ, ਜਦੋਂ ਇਹ ਰਿੱਝਦਾ ਸੀ ਤੁਸੀਂ ਉਦੋਂ ਚੀਨੀ ਪਾ ਸਕਦੇ ਹਾਂ। ਮੈਂ ਇਹਦੇ ਵਿੱਚ ਸ਼ਹਿਦ ਪਾਊਂਗੀ, ਦੇਖੋ 1-1.5 ਚਮਚ ਦੇ ਕਰੀਬ ਸ਼ਹਿਦ ਹੋਊਗਾ। ਐਂਡ ਦੇ ਵਿੱਚ ਜਦੋਂ ਮੈਂ ਇਹਨੂੰ ਖਾ ਰਹੀ ਹਾਂ
ਅਤੇ ਮੈਂ ਇਹਦੇ ਵਿੱਚ ਸ਼ਹਿਦ ਜਿਹੜਾ ਆ ਪਾ ਲੂੰਗੀ। ਮੈਂ ਸਿਰਫ ਇੱਕ ਚਮਚ ਹੀ ਪਾਊਂਗੀ ਕਿਉਂਕਿ ਮੈਂ ਘੱਟ ਮਿੱਠਾ ਖਾਣਾ ਪਸੰਦ ਕਰਦੀ ਹਾਂ। ਹਾਂਜੀ ਇਹਨੂੰ ਮਿਕਸ ਕਰ ਲੂੰਗੀ ਮੈਂ। ਹਾਂਜੀ ਸ਼ਹਿਦ ਮੈਂ ਅੱਛੀ ਤਰ੍ਹਾਂ ਮਿਕਸ ਕਰ ਲਿਆ ਆ। ਹੁਣ ਮੈਂ ਟੇਸਟ ਕਰਕੇ ਦੇਖਦੀ ਹਾਂ ਕਿ ਜਿਹੜਾ ਦਲੀਆ ਹੈ ਕਿਸ ਤਰੀਕੇ ਦਾ ਬਣਿਆ ਹੈਗਾ ਆ। ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਔਰ ਇਹਦੇ ਵਿੱਚ ਸ਼ਹਿਦ ਦਾ ਅਲੱਗ ਤੋਂ ਹੀ ਟੇਸਟ ਆ ਰਿਹਾ ਆ। ਇਹ ਜਿਹੜਾ ਦਲੀਆ ਆ ਇਹ ਅਸੀਂ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ। ਜਿਹੜੀ ਕਣਕ ਹੁੰਦੀ ਆ ਉਹਨੂੰ ਛੋਟੇ ਛੋਟੇ ਤੁਸੀਂ ਟੁਕੜਿਆਂ ਵਿੱਚ ਕਰ ਸਕਦੇ ਆ ਮਿਕਸੀ ਵਿੱਚ ਵੀ, ਅਤੇ ਇਹਨੂੰ ਬ੍ਰੋਕਨ ਵੀਟ ਹੀ ਹੁੰਦਾ ਆ ਅਤੇ ਤੁਸੀਂ ਇਹਨੂੰ ਬਣਾ ਕੇ ਖਾਓ, ਹੈਲਦੀ ਬਹੁਤ ਹੁੰਦਾ ਆ। ਅਤੇ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਹੋਰ ਵੀ ਜ਼ਿਆਦਾ ਹੈਲਦੀ ਬਣੂਗਾ। ਤੁਸੀਂ ਇਸ ਤਰ੍ਹਾਂ ਬਣਾ ਕੇ ਖਾਓ, ਹੈਲਦੀ ਰਹੋ। ਥੈਂਕ ਯੂ।